ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਆਪ ਕਾਂਗਰਸ ਗਠਜੋੜ ਹੋਵੇਗਾ ਜਾਂ ਨਹੀਂ, ਇਸ ਦੇ ਕਿਹਾ ਕਿ ਜਗਮੀਤ ਬਰਾੜ ਬਿਨਾਂ ਸ਼ਰਤ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ। ਪ੍ਰਕਾਸ਼ ਬਾਦਲ ਦਾ ਲੰਬੀ ਦੌਰਾ, ਲਗਾਤਾਰ ਉਹ ਲੰਬੀ ਦੌਰੇ 'ਤੇ ਨੇ ਅਤੇ ਅੱਜ ਉਹਨਾਂ ਕਿਹਾ ਕਿ ਬਰਾੜ ਬਿਨਾਂ ਸ਼ਰਤ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ। ਖਬਰੋਂ ਵਾਲੀ ਲਗਾਣੀ ਹੈ ਭਾਈ ਆਪ। ਬਰਾੜ ਬਿਨਾਂ ਸ਼ਰਤ ਤੋਂ ਅਕਾਲੀ ਦਲ 'ਚ ਸ਼ਾਮਿਲ ਹੋਏ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਲੰਬੀ ਦੌਰੇ 'ਤੇ ਨੇ, ਮੁਕਤਸਰ ਸਾਹਿਬ ਦੇ ਲਗਾਤਾਰ ਦੌਰੇ ਕਰ ਰਹੇ ਨੇ ਅਤੇ ਅੱਜ ਪਿੰਡ ਪਿੰਡ ਜਾ ਕੇ ਉਹਨਾਂ ਵੱਲੋਂ ਦੌਰਾ ਕੀਤਾ ਗਿਆ।